ਕਿਸਾਨ ਸਾਥੀਓ ਬਰਸੀਮ ਜਿਹੜੀ ਫਸਲ ਹੈ ਇਹ ਸਾਡਾ ਸਰਦੀਆਂ ਦਾ ਪਸ਼ੂਆਂ ਦੀ ਪ੍ਰਮੁੱਖ ਚਾਰੇ ਦੀ ਫਸਲ ਹੈ ਜਿਹਦੇ ਵਿੱਚੋਂ ਮਿਨਰਲਸ ਦੇ ਨਾਲ-ਨਾਲ ਖਣਿਜ ਤੱਤਾਂ ਦੇ ਨਾਲ-ਨਾਲ ਪ੍ਰੋਟੀਨ ਦੀ ਵੀ ਕਾਫੀ ਜ਼ਿਆਦਾ ਮਾਤਰਾ ਪਸ਼ੂਆਂ ਨੂੰ ਮਿਲਦੀ ਹੈ ਤੇ ਉੱਤਰ ਪੱਛਮ ਭਾਰਤ ਦੇ ਨਾਲ-ਨਾਲ ਸਾਡਾ ਜੋ ਪਾਕਿਸਤਾਨੀ ਪੰਜਾਬ ਹੈਗਾ ਇਸ ਵਿੱਚ ਵੀ ਬਰਸੀਮ ਜਿਹੜਾ ਹੈਗਾ ਇਹ ਪ੍ਰਮੁੱਖ ਚਾਰੇ ਦੀ ਫਸਲ ਦੇ ਤੌਰ ਤੇ ਬੀਜਿਆ ਜਾਂਦਾ ਹੈ ਜੈਸਨੋ ਕੇ ਸ਼ਹਿਰਾਂ ਦੇ ਨੇੜੇ ਜਿਹੜੇ ਕਿਸਾਨ ਰਹਿੰਦੇ ਐ ਉਹ ਇਸ ਨੂੰ ਜਿਹੜਾ ਹੈਗਾ ਕਮਰਸ਼ੀਅਲੀ ਪੈਦਾ ਕਰਦੇ ਆ ਤਾਂ ਕਿ ਚੰਗਾ ਪੈਸਾ ਕਣਕ ਨਾਲੋਂ ਵੱਧ ਪੈਸਾ ਕਮਾਇਆ ਜਾ ਸਕੇ ਤਾਂ ਬਰਸੀਮ ਦੀ ਫਸਲ ਦੇ ਉੱਪਰ ਇੱਕ ਵੀਡੀਓ ਚ ਕਵਰ ਕਰਨਾ ਮੁਸ਼ਕਲ ਹੋਏਗਾ 2 ਤੋਂ 3 ਜਾਂ 4 ਵੀਡੀਓ ਦੇ ਵਿੱਚ ਇਹਦੀਆਂ ਸਾਰੀਆਂ ਚੀਜ਼ਾਂ ਕਵਰ ਕਰਦੇ ਆਂ ਪਹਿਲੀ ਵੀਡੀਓ ਚ ਅਸੀਂ ਗੱਲ ਕਰਦੇ ਆਂ ਕਿ ਬਿਜਾਈ ਦਾ ਟਾਈਮ ਕਿਹੜਾ ਹੋਏਗਾ ਕਿਹੜੀਆਂ-ਕਿਹੜੀਆਂ ਇਹਦੀਆਂ ਵੈਰਾਈਟੀਆਂ ਹੈਗੀਆਂ ਤੇ ਖੇਦੀ ਤਿਆਰੀ ਕਿਸ ਤਰੀਕੇ ਦੀ ਕਰਨੀ ਹੈ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰ ਮਰਖਾਈ ਸਭ ਤੋਂ ਪਹਿਲਾਂ ਫਤਿਹਰੀ ਸਾਂਝ ਪਾਉਣੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦੋਸਤੋ ਜਿਹੜਾ ਬਰਸੀਮ ਹੈ ਇਹ ਤੋਂ ਚੰਗਾ ਝਾੜ ਲੈਣ ਵਾਸਤੇ ਸਾਨੂੰ ਜ਼ਰੂਰੀ ਹੈ ਕਿ ਬਿਜਾਈ ਬਿਲਕੁਲ ਸਹੀ ਟਾਈਮ ਤੇ ਹੋਵੇ ਕਿਉਂਕਿ ਜੇ ਕੋਰਾ ਪੈਣ ਲੱਗ ਪਿਆ ਬਰਸੀਮ ਛੋਟਾ ਹੋਇਆ ਤਾਂ ਇਹਦੀ ਗ੍ਰੋਥ ਉੱਥੇ ਹੀ ਰੁਕ ਜਾਣੀ ਹੈ ਫੇਰ ਇਹਦਾ ਵਾਧਾ ਚੰਗੇ ਤਰੀਕੇ ਦੇ ਨਾਲ ਨਹੀਂ ਹੋਣਾ ਇਸ ਕਰਕੇ ਜਿਹੜਾ ਬਿਜਾਈ ਦਾ ਟਾਈਮ ਹੈ ਉਹ ਸਤੰਬਰ ਦੇ ਆਖਰੀ ਹਫਤੇ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫਤੇ ਤੱਕ ਵਧੀਆ ਟਾਈਮ ਹੈ ਵੱਧ ਝਾੜ ਲੈਣ ਵਾਸਤੇ ਵੈਸੇ ਅਸੀਂ ਅਕਤੂਬਰ ਦੇ ਅਖੀਰਲੇ ਹਫਤੇ ਤੱਕ ਬਰਸੀਮ ਦੀ ਬਿਜਾਈ ਕਰ ਸਕਦੇ ਹਾਂ ਪਰੰਤੂ ਇੱਥੇ ਵੀ ਕੁਝ ਪੁਆਇੰਟ ਆਉਂਦੇ ਆ ਜੇ ਤੁਹਾਡੇ ਖੇਤ ਦੇ ਵਿੱਚ 68 ਹੁੰਦੀ ਹੈ ਠੀਕ ਹੈ ਜੇ ਖੇਤ 68 ਹੁੰਦੀ ਹੈ ਤਾਂ ਤੁਹਾਨੂੰ ਜਿਹੜਾ ਹੈਗਾ ਬਿਜਾਈ 15 ਅਕਤੂਬਰ ਦੇ ਨੇੜੇ ਲੈ ਕੇ ਯਾਨੀ ਪਾਉਗੀ ਤਾਂ ਕਿ ਠੰਡ ਹੋ ਜੇ ਤੇ 68 ਨਾ ਹੋਵੇ ਜੇ ਬਰਸੀਮ ਦੇ ਵਿੱਚ ਘਾਹ ਵਾਲੇ ਨਦੀਨ ਹੁੰਦੇ ਐ ਤੁਹਾਨੂੰ ਬਰਸੀਮ ਦੀ ਜਿਹੜੀ ਬਿਜਾਈ ਹੈਗੀ ਐ ਇਹ ਲੇਟ ਕਰਨੀ ਪਵੇਗੀ 15 ਅਕਤੂਬਰ ਦੇ ਨੇੜੇ ਲੈ ਕੇ ਯਾਨੀ ਪਵੇਗੀ ਤਾਂ ਕਿ ਜਿਹੜੇ ਹੈਗੇ ਆ ਇਹ ਘਾਹ ਵਾਲੇ ਨਦੀਨ ਇਹ ਘਟ ਹੋ ਸਕਣ ਪਠਾਨ ਐਂਡ ਕੰਮਲੇ ਨੇ 2012 ਇ ਦੱਸਿਆ ਸੀਗਾ ਕਿ ਬਰਸੀਮ ਦੀ ਜਲਦੀ ਬਜਾਈ ਕਰੋਗੇ ਤਾਂ ਘਾਹ ਵਾਲੇ ਨਦੀਨ ਜਿਆਦਾ ਹੋਣਗੇ ਤੇ ਜੈਨ ਨੇ 1998 ਚ ਕਿਹਾ ਸੀ ਕਿ ਇਹ ਘਾਹ ਵਾਲੇ ਨਦੀਨ 30 ਤੋਂ 40% ਤੱਕ ਨੁਕਸਾਨ ਕਰ ਸਕਦੇ ਐ ਜੇ ਇਹ ਨਦੀਨਾਂ ਦੀ ਸਮੱਸਿਆ ਐ ਤਾਂ ਫਿਰ ਬਜਾਈ ਦਾ ਟਾਈਮ 15 ਅਕਤੂਬਰ ਦੇ ਨੇੜੇ ਜਾਏਗਾ ਜੇ ਇਹ ਨਦੀਨ ਨਾਲ ਸਮੱਸਿਆ ਨਹੀਂ ਹੈਗੀ ਤਾਂ ਪਹਿਲੇ 1 ਸਤੰਬਰ ਦੇ ਅਖੀਰਲੇ ਹਫ਼ਤੇ ਤੋਂ ਅਕਤੂਬਰ ਦਾ ਪਹਿਲਾ ਹਫ਼ਤਾ ਬਿਜਾਈ ਦੇ ਲਈ ਵਧੀਆ ਟਾਈਮ ਹੈ ਜਿਹੜੀ ਪਿੱਛੇ ਵੀਡੀਓ ਚੱਲ ਰਹੀ ਹੈ ਉਸ ਤੇ ਪਲੀਜ਼ ਜ਼ਿਆਦਾ ਧਿਆਨ ਨਹੀਂ ਦੇਣਾ ਕਿਉਂਕਿ ਉਹ ਵੈਸੇ ਹੀ ਦਿਖਾਇਆ ਬਰਸੀਮ ਦੀ ਫਸਲ ਤੇ ਉਹਦੇ ਕੀੜੇ ਤੇ ਕੋਈ ਚੀਜ਼ਾਂ ਦਿਖਾਈਆਂ ਗਈਆਂ ਦੋਸਤੋ ਬਰਸੀਮ ਦਾ ਬੀਜ ਬਹੁਤ ਹੀ ਜ਼ਿਆਦਾ ਬਰੀਕ ਹੁੰਦਾ ਹੈ ਤੇ ਜੇ ਖੇਤ ਦੇ ਵਿੱਚ ਪਰਾਲੀ ਹੋਵੇ ਜੇ ਖੇਤ ਦੇ ਵਿੱਚ ਡਲੀਆਂ ਹੋਣ ਜਾਂ ਬੁੱਥੇ ਹੋਣ ਪਰਾਲੀ ਦੇ ਤਾਂ ਇਹ ਚੰਗੇ ਤਰੀਕੇ ਦੇ ਨਾਲ ਖੇਤ ਜਿਹੜਾ ਹੈਗਾ ਮਤਲਬ ਕਿ ਬੀ ਦਾ ਉੱਗਦਾ ਨਹੀਂ ਹੈ ਤਾਂ ਇਹਦੇ ਕਰਕੇ ਅਸੀਂ ਤਾਂ ਇਹ ਕਰਦੇ ਹਾਂ ਕਿ ਪਰਾਲੀ ਜਿਹੜਾ ਹੈਗਾ ਖੇਤ ਚੋਂ ਬਾਹਰ ਕੱਢ ਦੇ ਦਈਏ ਪਰਾਲੀ ਖੇਤ ਚੋਂ ਬਾਹਰ ਕੱਢ ਕੇ ਹੁਣ ਕਈ ਵੀਰ ਕਹਿਣਗੇ ਕਿ ਅਸੀਂ ਪਲੋ ਮਾਰ ਸਕਦੇ ਹਾਂ ਦੇਖੋ ਪਲੋ ਮਾਰ ਸਕਦੇ ਹਾਂ ਪਰੰਤੂ ਪਿਛਲੇ ਸਾਲਾਂ ਦੇ ਤਜਰਬੇ ਦੱਸਦੇ ਐ ਜੇਕਰ ਪਲੋ ਮਾਰ ਕੇ ਬਰਸੀਮ ਬੀਜਿਆ ਤਾਂ ਉਸ ਜਗ੍ਹਾ ਤੇ ਬਰਸੀਮ ਦੀ ਫਸਲ ਚੰਗੇ ਤਰੀਕੇ ਨਾਲ ਨਹੀਂ ਚੱਲੀ ਬਰਸੀਮ ਜਿਹੜਾ ਹੈਗਾ ਉਤਪਾਦਨ ਘਟਿਆ ਹੈ ਪਲੋ ਮਾਰਨ ਨਾਲ ਨੁਕਸਾਨ ਹੋਇਆ ਹੈ ਤੇ ਪਾਣੀ ਵੀ ਜੀਰਨ ਚ ਸਮੱਸਿਆ ਆਉਂਦੀ ਹੈ ਇਸ ਕਰਕੇ ਪਲੋ ਨਹੀਂ ਮਾਰਨਾ ਤੇ ਪਰਾਲੀ ਬਾਹਰ ਕੱਢਣੀ ਇੱਕ ਹੱਲ ਹੈ ਅੱਗ ਲਾ ਨਹੀਂ ਸਕਦੇ ਕਿਉਂਕਿ ਇਹ ਕਾਨੂੰਨਨ ਅਪਰਾਧ ਹੈ ਤੇ ਖੇਤ ਨੂੰ ਤਿੰਨ ਤੋਂ ਚਾਰ ਵਾਰੀ ਵੋਹਣਾ ਹੈ ਹਰ ਵਾਈ ਤੋਂ ਬਾਅਦ ਦੇ ਵਿੱਚ ਸੁਹਾਗਾ ਮਾਰਨਾ ਹੈ ਤਾਂ ਕਿ ਡਲੀਆਂ ਜਿਹੜੀਆਂ ਹੈਗੀਆਂ ਬਿਲਕੁਲ ਬਰੀਕ ਹੋ ਜਾਣ ਤਾਂ ਬਿਲਕੁਲ ਬਰੀਕ ਖੇਤ ਦੇ ਵਿੱਚ ਆਪਾਂ ਇਹ ਜਿਹੜਾ ਹੈਗਾ ਬਜਾਈ ਕਰਨੀ ਹੈ ਠੀਕ ਹੈ ਮੈਂ ਵੈਰੈਟੀਆਂ ਦੀ ਗੱਲ ਕਰਾਂ ਇਸ ਤੋਂ ਪਹਿਲਾਂ ਆ ਤੁਸੀਂ ਦੇਖੋ ਕਿ ਪੱਤੇ ਲਾਲ ਹੋਣ ਦੀ ਸਮੱਸਿਆ ਖੇਤਾਂ ਦੇ ਵਿੱਚ ਆਉਂਦੀ ਹੈ ਜੇ ਤੁਹਾਡੇ ਖੇਤ ਦੇ ਵਿੱਚ ਪਿਛਲੇ ਸਾਲ ਲਾਲ ਪੱਤੇ ਹੋਣ ਦੀ ਸਮੱਸਿਆ ਆਈ ਸੀ ਤਾਂ ਇਹ ਧਿਆਨ ਰੱਖੋ ਕਿ ਕਿਤੇ ਤੁਹਾਡੇ ਟਿਊਬਵੈਲ ਦਾ ਪਾਣੀ ਤਾਂ ਨਹੀਂ ਮਾੜਾ ਜੇ ਟਿਊਬਵੈਲ ਦਾ ਪਾਣੀ ਮਾੜਾ ਹੈ ਤਾਂ ਵੀ ਪਾਣੀ ਜਿਹੜਾ ਹੈਗਾ ਚੰਗੇ ਪਾਣੀ ਤੇ ਇਹਨੂੰ ਬੀਜਣ ਦੀ ਕੋਸ਼ਿਸ਼ ਕਰੋ ਜੇ ਤੁਹਾਡੇ ਖੇਤ ਦੇ ਵਿੱਚ ਇਹ ਸਮੱਸਿਆ ਪਿਛਲੇ ਸਾਲ ਚ ਆਈ ਸੀ ਤਾਂ ਬਰਸੀਮ ਦੇ ਬੀ ਨੂੰ ਰਾਈ ਜੋ ਵੀ ਉਹਦਾ ਟੀਕੇ ਨਾਲ ਸੋਧ ਕੇ ਜਰੂਰ ਬੀਜਿਓ ਜੋ ਜੇ ਲਾਲ ਪੱਤਿਆਂ ਦੀ ਸਮੱਸਿਆ ਆਈ ਸੀ ਤਾਂ ਗਲੀ ਸੜੀ ਚੰਗੇ ਤਰੀਕੇ ਨਾਲ ਗਲੀ ਸੜੀ ਰੂੜੀ ਜਰੂਰ ਪਾਏ ਜੋ ਬਰਸੀਮ ਵਾਲੇ ਖੇਤ ਦੇ ਵਿੱਚ ਠੀਕ ਹੈ ਜੀ ਹੁਣ ਮੈਂ ਵੈਰੈਟੀਆਂ ਦੀ ਗੱਲ ਕਰਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇਸ ਸਾਲ ਵੈਰੈਟੀ ਜਾਰੀ ਕੀਤੀ ਹੈ BL44 ਕਾਫੀ ਜ਼ਿਆਦਾ ਫਟਾਰ ਕਰਦੀ ਹੈ ਤਨਾ ਗਲਣ ਬਿਮਾਰੀ ਦੇ ਪ੍ਰਤੀ ਸਹਿਣਸ਼ੀਲਤਾ ਜਾਂ ਪ੍ਰਤੀਰੋਧੀ ਸ਼ਕਤੀ ਹੈ ਇਹਦੇ ਵਿੱਚ 395 ਕੁਇੰਟਲੇ ਝਾੜ ਦੇ ਦਿੰਦੀ ਹੈ ਜੂਨ ਦੇ ਪਹਿਲੇ ਹਫ਼ਤੇ ਤੱਕ ਇਹ ਕਟਾਈਆਂ ਦੇ ਸਕਦੀ ਹੈ ਠੀਕ ਹੈ ਜੀ ਸਾਡੇ ਕੋਲੇ ਪੁਰਾਣੀਆਂ ਵੈਰੈਟੀਆਂ BL43 390 ਕੁਇੰਟਲ ਝਾੜ ਜੂਨ ਦੇ ਪਹਿਲੇ ਹਫ਼ਤੇ ਤੱਕ ਕਟਾਈ ਦਿੰਦੀ ਹੈ ਬੀ ਐਲ 42 ਹੈ 440 ਕੁਇੰਟਲ ਝਾੜ ਹੈ ਜੂਨ ਦੇ ਪਹਿਲੇ ਹਫ਼ਤੇ ਤੱਕ ਕਟਾਈ ਦਿੰਦੀ ਹੈ ਤਣਾ ਗੱਲਣ ਬਿਮਾਰੀ ਨਹੀਂ ਹੁੰਦੀ ਬੀ ਐਲ 10 ਬੀ ਐਲ 10 ਇਹਦਾ ਬੀ ਬਰੀਕ ਹੁੰਦਾ ਹੈ ਇਹਦੇ ਕਰਕੇ 10 ਕਿਲੋ ਦੀ ਜਗ੍ਹਾ 8 ਕਿਲੋ ਹੀ ਵਰਤਦੇ ਹਾਂ ਤੇ ਇਹਨੂੰ ਅਸੀਂ ਹਾੜੂ ਬਰਸੀਮ ਵੀ ਕਹਿ ਦਿੰਦੇ ਹਾਂ ਕਿਉਂਕਿ ਇਹ ਇਹਦੀ ਆਖਰੀ ਕਟਾਈ 15 ਜੂਨ ਤੱਕ ਚੱਲਦੀ ਹੈ ਤੇ ਇਹਨੂੰ ਅਸੀਂ ਹਾੜੂ ਬਸੀਂ ਵੀ ਕਹਿੰਦੇ ਆ 410 ਕੁਇੰਟਲ ਇਹਦਾ ਝਾੜ ਹੈ ਬੀ ਐਲ 1 380 ਕੁਇੰਟਲ ਝਾੜ ਹੈ ਸਰਦੀ ਦੇ ਵਿੱਚ ਵਾਧਾ ਤੇਜ਼ੀ ਨਾਲ ਹੁੰਦਾ ਹੈ ਠੀਕ ਹੈ ਜੀ ਹੁਣ ਆਪਾਂ ਜੇ ਗੱਲ ਕਰੀਏ ਵੀ ਸਾਡੇ ਖੇਤ ਦੇ ਵਿੱਚ ਤਣਾਗਲਨ ਦੀ ਸਮੱਸਿਆ ਆਉਂਦੀ ਹੈ ਤਾਂ ਤਣਾਗਲਨ ਪ੍ਰਤੀ ਜਿਹੜੀਆਂ ਪ੍ਰਤੀਰੋਧੀ ਵੈਰਾਈਟੀਆਂ ਐ ਬੀ ਐਲ 44 ਜਾਂ BL 42 ਵਰਤ ਸਕਦੇ ਆ ਜੇ ਅਸੀਂ ਹਾਰਡ ਵੈਰਾਈਟੀ ਵਰਤਣੀ ਹੈ ਲੇਟ ਤੱਕ ਕਟਾਈਆਂ ਲੈਣੀ ਹੈ ਤਾਂ ਅਸੀਂ BL 10 ਵੈਰਾਈਟੀ ਵਰਤ ਸਕਦੇ ਆ ਜੇ ਸਰਦੀ ਦੇ ਵਿੱਚ ਤੇਜ਼ ਵਾਧੇ ਵਾਸਤੇ ਚਾਹੀਦੀ ਹੈ ਜਿਹੜੀ ਵੈਰਾਈਟੀ ਤੇਜ਼ੀ ਨਾਲ ਵਧੇ ਤਾਂ BL 1 ਵੀ ਸਕਦੇ ਆ ਅਸੀਂ ਤਾਂ ਇਹ ਤੁਸੀਂ ਆਪਣਾ ਵੈਰਾਈਟੀਆਂ ਚੋਂ ਕੋਈ ਚੂਜ਼ ਕਰ ਸਕਦੇ ਹੋ ਪ੍ਰਤੀ ਕਿੱਲਾ 8 ਤੋਂ 10 ਕਿਲੋਗ੍ਰਾਮ ਬੀਜ ਅਸੀਂ ਇਹਦਾ ਵਰਤਦੇ ਆ ਤੇ ਬੀਜ ਨੂੰ राई ਜੋਬੀਅਮ ਦੇ ਟੀਕੇ ਦੇ ਨਾਲ ਸੋਧਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਰਾਈ ਜੋਬੀਅਮ ਦਾ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ 1 ਨੰਬਰ ਗੇਟ ਤੋਂ ਜਾਂ ਖੇਤੀ ਵਿਗਿਆਨ ਕੇਂਦਰ ਜਾਂ ਬਾਜ਼ਾਰ ਦੇ ਵਿੱਚੋਂ ਵੀ ਉਪਲਬਧ ਹੈ। 1 ਕਿੱਲੇ ਦੇ ਬੀਜ ਮਗਰ 1 ਪੈਕਟ ਉੱਪਰ ਚੰਗੀ ਤਰ੍ਹਾਂ ਭੁੱਕ ਕੇ ਚੰਗੀ ਤਰ੍ਹਾਂ ਇਹਨਾਂ ਲਾ ਦੇਣਾ ਤਾਂ ਫਿਰ ਬੀ ਨੂੰ ਛਾਵੇਂ ਸਕਾ ਕੇ ਸ਼ਾਮ ਦੇ ਟਾਈਮ ਖੇਤ ਦੇ ਵਿੱਚ ਛਿੱਟਾ ਦੇਣਾ ਹੈ। ਮੈਂ ਇੱਕ ਚੀਜ਼ ਦੱਸਣੀ ਭੁੱਲ ਗਿਆ ਸੀ ਕਿ BL44 ਜਿਹੜੀ ਵੈਰੈਟੀ ਹੈ ਇਹਦੇ ਵਿੱਚ ਬਾਕੀ ਵੈਰਾਈਟੀਆਂ ਦੇ ਨਾਲੋਂ ਖਰਾਕੀ ਤੱਤਾਂ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ ਤਾਂ ਦੋਸਤੋ ਇੰਨਾ ਹੀ ਇਸ ਵੈਰਾਈਟੀ ਵੀਡੀਓ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਚੰਗੇ ਝਾੜ ਦੇ ਲਈ ਅਸੀਂ ਬਰਸੀਮ ਦੇ ਬੀਜ ਦੇ ਵਿੱਚ ਹੋਰ ਕਿਹੜੇ-ਕਿਹੜੇ ਬੀ ਮਿਲਾ ਸਕਦੇ ਹਾਂ ਤੇ ਉਸ ਤੋਂ ਅੱਗੇ ਆਪਾਂ ਖਾਦਾਂ ਦੀ ਗੱਲ ਕਰਾਂਗੇ ਤਾਂ ਉਮੀਦ ਕਰਦਾ ਹਾਂ ਕਿ ਜਾਣਕਾਰੀ ਤੁਹਾਡੇ ਲਈ ਸੰਤੁਸ਼ਟੀਜਨਕ ਹੋਏਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ